ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੈਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣੇ ਯੂਟਿਊਬ ਚੈਨਲ ਯੂ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8420709817। ਸੋ ਅੱਜ ਦੀ ਵੀਡੀਓ ਵਿੱਚ ਦੋ ਗੱਬਣਾ ਵਿਹੜਾ ਦਿਖਾਵਾਂਗੇ ਸੇਲ ਦਾ, ਡਿਟੇਲ ਵੀਰ ਤੋਂ ਪੁੱਛਦੇ ਹਾਂ, ਆਓ ਅੱਗੇ ਕਰੀਏ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਛੰਨਾ ਗੁਲਾਬ ਸਿੰਘ ਪਿੰਡ ਹੈ ਜੀ, ਸਿੰਗਾਲਾ ਨਵਾਂ ਪਹਿਲੇ ਤੇ ਪਹਿਲੇ ਸੀ ਰਿਕਾਰਡ ਦੁੱਧ ਕਿੰਨਾ ਨੇ 22 ਕਿਲੋ ਪਹਿਲਾਂ ਦੱਸਿਆ ਆਪਾਂ, ਮੰਨ ਕੇ ਚਲੋ ਆਪਣੇ ਕੋਲ ਇੰਨਾ ਹਨਾ ਆਈਆਂ, ਆਪਣੀ ਕੋਈ ਚੋਈ ਵੀ ਨਹੀਂ ਬਣਾ ਲਿਆਂਦੀਆਂ ਹੁੰਦੀਆਂ। ਠੀਕ ਹੈ, ਉਹਨੇ 22 ਕਿਲੋ ਪਹਿਲਾਂ ਦੱਜ ਮੈਂ ਦੱਸਿਆ ਆਪਾਂ ਜੱਟ ਸੌਦਿਆ ਲਾ ਕੇ ਚੱਲੇ ਵੀ 20 ਬਾਈ ਮੰਨ ਕੇ ਚੱਲੇ ਆ, 20 ਤੋਂ ਬਾਹਰ ਆ ਗਈਆਂ ਆ ਤਾਂ ਬਾਹਰ, 20 ਤੋਂ ਬਾਹਰ ਪਊਗੀ ਉਹ 25-26 ਕਿਲੋ ਚ ਵਾਲੂ ਪਹਿਲੀ ਵੈਲ। ਠੀਕ ਹੈ, 20 ਕਿਲੋ ਤੋਂ ਪਾਰ ਮੰਨ ਕੇ ਬੰਦਾ ਲੈ ਲਓ, 20 ਤੋਂ ਬਾਹਰ ਬਾਹਰ ਆਈ ਹੈ ਵੈਲ ਆ ਦੀ। ਤੇ ਥਣਾ ਦੀ ਓਕੇ ਆ, ਥਣਾ ਦੀ ਵੀ ਆਪਣੀ ਗਾਰੰਟੀ ਹੋਊ, ਬਾਕੀ ਜਦੋਂ ਉਹਨਾਂ ਦੇ ਪਾਸ ਕਰਕੇ ਦੇਣੇ ਉਹ ਕੋਈ ਚੱਕਰ ਨਹੀਂ। ਠੀਕ ਹੈ, ਬਾਕੀ ਨਾੜਾਂ ਨੂੰ ਤਾਂ ਦੇਖੋ ਵੈਲ, ਧੋਰੀ ਬਾਹਰ ਨੂੰ। ਸੋ ਵੀਰੋ, ਨਾੜਾ ਵਗੈਰਾ ਦੇਖੋ, ਜਮਾਂ ਮੋਟੀਆਂ ਨਾੜਾਂ ਜਮਾਂ ਟਾਹਲੀ 'ਚ ਜੜਾਂ ਵਾਂਗੂ ਨਾੜਾਂ ਜਿਹੀਆਂ ਜਮਾਂ, ਅਤੇ ਚੰਗੀ ਜਿੰਦ ਜਾਣ ਵਾਲੀ ਰਾਜੀ ਸਵੀਂ ਭਲੀ ਵੀ ਬਹੁਤ ਜ਼ਿਆਦਾ ਆ। ਦੂਜਾ ਸੂਆ ਵਹਿਟ ਸੂਦੀ ਪਈ ਆ, ਸੂਣ ਦੇ ਵਿੱਚ ਇਹਦੇ 3-4 ਕੁ ਦਿਨ ਬਾਕੀ ਆ। ਸੋ ਲੇਵਾ ਵਗੈਰਾ ਦੇਖੋ, ਇੱਕ ਪਾਸੇ ਨਹੀਂ ਦੋਨੇ ਪਾਸੇ ਨਾੜਾ ਚੰਗੀਆਂ ਦਿਖਾਈ ਦਿੰਦੀਆਂ, ਭਾਰਾ ਸੋਹਣਾ ਹਵਾਨਾ ਠੋਸ। ਬਾਕੀ ਵੱਡੀ ਗੱਲ ਕੀ ਆ, ਛੀਲ ਠੰਡੀਆਂ ਬਹੁਤ ਆ ਬਈ। ਸੋ ਦੇਖੋ, ਛੀਲ ਠੰਡੀ ਵਾਧੂ ਆ, ਚਾਈਨਾ ਠੀਕ ਹੈ, ਤੇ ਸੂਣ 'ਚ 2-3 ਦਿਨ ਬਾਕੀ ਹੈ ਨਾ। ਮੁੱਲ ਵਾਲੀ ਕੀ ਰਹੂ ਇਹਦਾ? ਮੁੱਲ ਆਪਾਂ ਫੋਨ ਤੇ ਕਰਾਂਗੇ ਜਾਇਜ਼। ਸੋ ਮੁੱਲ ਵੀਰ ਕਹਿੰਦਾ ਫੋਨ ਤੇ ਕਰਾਂਗੇ, ਹੋਊਗਾ ਜਾਇਜ਼। ਸੋ ਨਾੜਾ ਵਗੈਰਾ ਦੇਖੋ ਹਵਾਨੇ 'ਤੇ, ਪੂਰੀ ਪੱਧਰੀ ਚਮੜੀ ਦੇ ਵਿੱਚ ਆ, ਬੈਡ ਚੰਗਾ 21x21 ਕਿਲੋ ਦਾ ਆਰਾਮ ਨਾਲ ਪਾ ਦੂ, ਚੰਗੀ ਆ ਪਸੰਦ। ਬਾਕੀ ਰਾਜੀ ਸਮੀ ਭਲੀ ਬਹੁਤ ਆ ਹਨਾ, ਬਹੁਤ ਹੈ। ਬਾਕੀ ਕੱਦ ਕਾਟ ਵਗੈਰਾ, ਬਾਕੀ ਨਾੜਾਂ ਨੂੰ ਦੋਨੇ ਬਾਈ ਦਿਖਾ ਦੋ, ਨਾੜਾਂ ਨੂੰ ਬਹੁਤ ਹੈ। ਸੋ ਮਿਲਕਮੇਨ ਵਗੈਰਾ ਦੇਖੋ, ਤੇ ਨਾੜਾਂ ਨਾਲ ਤਾਂ ਗੁੰਦੀ ਪਈ ਆ, 22-23 ਕਿਲੋ ਦੋ ਦਿਨ ਆਰਾਮ ਨਾਲ ਪਾ ਦੇਣਾ। ਬਾਕੀ ਤੂੰ ਲੇਵਾ ਦੂਆ ਦੇਖ, ਮੰਨੂ ਸ਼ਾਹ ਤੂੰ ਲੇਵਾ ਦੂਆ, ਇਹ ਕੱਢੂ ਬਹੁਤ ਠੀਕ ਆ। ਅੱਗੇ ਪਿੱਛੇ ਦਾ ਹਵਾਨਾ, ਬਾਕੀ ਮੂੰਹ ਮੱਥਾ ਦਿਖਾ ਦੇ ਸੰਭਾਲ ਕੇ ਵੀ। ਸੋ ਫੇਸ ਕੁਆਲਿਟੀ ਵਗੈਰਾ ਦੇਖੋ, ਪੂਰੀ ਰਾਜੀ ਸਮੀ ਵਾਲੀ ਵੀ ਸ਼ਾਈਨਿੰਗ ਵਾਲੀ ਬੈਡ, ਚੁੰਕ ਬਹੁਤ ਆ ਬੈਡ ਤੇ, ਖੁਸ਼ਕ ਨਹੀਂ ਜਮਾ। ਠੀਕ ਹੈ, ਅੱਗੇ ਦੂਜਾ ਨੰਬਰ ਜਿਹੜੀ ਬੈਡ ਦੇਖਦੇ ਆਪਾਂ, ਇਹ ਵੀ ਦੂਜਾ ਸੂਆ, ਇਹ ਕੈਕ ਦਾ ਲੈਂਦੀ ਹੈ ਜੀ, ਇਹ ਲੈ ਜੂ ਜੀ, ਮੰਨ ਕੇ ਚੱਲੋ ਵੀ ਹਫਤਾ 5-6 ਦਿਨ ਲੈ ਕੇ ਜਾਊ ਆਰਾਮ ਨੂੰ। ਠੀਕ ਹੈ, ਥੋੜੀਆਂ ਭਲਾ ਪਾਉਣ ਲੱਗ ਗਈ ਹੈ ਨਾ, ਭਲਾ ਪਾਉਣ ਲੱਗ ਗਈ, ਜਿਹੜੇ ਪਾਸੇ ਬਹਿ ਗਈ ਉਹ ਪਾਸੇ ਭਲਾ ਦਿਖਾਉਂਦੀ ਆ। ਠੀਕ ਹੈ, ਹਫਤਾ ਮੰਨ ਕੇ ਚੱਲੀਏ, ਸੂਣ 'ਚ ਬਾਕੀ ਆ, ਕਿੰਨਾ ਕੁ ਦੁੱਧ ਦੱਸਿਆ ਮਾਲਕਾਂ ਨੇ ਪਹਿਲਾਂ? ਮਾਲਕਾਂ ਨੇ ਮੰਨ ਕੇ ਚੱਲੋ 23-24 ਕਿਲੋ ਦੱਸਿਆ ਕਿ 25-26 ਕਿਲੋ ਚਵਾਉਂਦਾ ਉਹਨੇ, 24-25 ਕਿਲੋ ਵਾਲੀ ਬੈਡ ਹੈਗੀ ਆ ਆਰਾਮ ਨਹੀਂ। ਬਾਕੀ ਨਾੜਾਂ ਨੂੰ ਦਿਖਾ ਬਾਈ, ਮਾਰ ਕੇ ਧਿਆਨ ਨਾਲ। ਸੋ ਵੀਰੋ, ਨਾੜਾ ਵਗੈਰਾ ਦੇਖੋ, ਤੇ ਆ ਗੁੰਦੀ ਪਈ ਆ ਜਮਾਂ ਨਾੜਾਂ ਨਾਲ ਤਾਂ, ਤੇ ਬਾਕੀ ਨਾ ਬਰੀਕੀਆਂ ਹੁੰਦੀਆਂ ਨਾੜਾਂ ਵਾਲਾ ਪਸ਼ੂ ਦੁੱਧ ਦੇਣਾ ਹੁੰਦਾ ਯਾਰ। ਠੀਕ ਹੈ, ਤੇ ਚਮੜੀ ਜਮਾਂ ਨਰਮ ਆ ਹਨਾ, ਚਮੜੀ ਬਹੁਤ ਨਹੀਂ ਆਈ, ਪਤਲੀ ਆ ਦੇਖੋ। ਸੋ ਪਤਲੀ ਚਮੜੀ ਵਿੱਚ ਇਹ ਨਹੀਂ ਗੱਲ ਵੀ ਦੁੱਪ ਆ ਕਿਸੇ ਪਾਸੇ ਹਨਾ। ਸੋ ਵੀਰੋ, ਚਮੜੀ ਦੇਖੋ ਬੈਠ ਦੀ, ਪੂਰੀ ਨਾਚਕ ਤੇ ਕੱਦ ਕਾਠ ਵਾਲੀ ਜਿੰਦ ਜਾਣ ਵਾਲੀ ਬੈਠ ਆ ਜਾ। ਠੀਕ ਹੈ, ਹਵਾਨੇ ਤੇ ਨਾੜਾਂ ਨੂੜਾਂ ਬਹੁਤ ਚੰਗੀਆਂ, ਤੇ ਰਾਜੀ ਸਮੀ ਬਲੀ ਵੀ ਬਹੁਤ ਆ, ਤੇ ਦੂਜਾ ਸੂਆ ਸੂਣਦੀ ਆ, ਸੂਣ ਦੇ ਵਿੱਚ ਹਫਤਾ ਲੈ ਜੂ ਹਾਲੇ। ਸੋ 24-25 ਕਿਲੋ ਦੁੱਧ ਇਹਨੇ ਆਰਾਮ ਨਾਲ ਪਾ ਦੇਣਾ। ਸੋ ਫੇਸ ਕੁਆਲਿਟੀ ਵਗੈਰਾ ਦੇਖੋ, ਥਣ ਚੰਗਾ ਸੋਹਣਾ, ਹੱਥੀ ਚਵਾਈ ਵਾਲਾ, ਚਾਹੇ ਆਪਾਂ ਮਸ਼ੀਨੀ ਚਵਾਈ ਕਰ ਲਈਏ। ਸੋ ਬੈਠ ਦੀ ਸੋ ਮਹਿਲਕਵੇਨ ਵਗੈਰਾ ਦੇਖੋ ਜਮਾਂ, ਮੂਹਰਲੀ ਲੱਤ ਤੱਕ ਦੋਨੇ ਪਾਸੇ ਦਿਖਾਈ ਦਿੰਦੀ ਆ, ਬਾਕੀ ਪਿੰਡੇ ਦੇ ਬੈਠ ਦੇ ਨਾੜਾਂ ਦਿਖਾਈ ਦੇ ਜਾਂਦੀਆਂ,
ਤੇ ਥਣ ਕੱਲਾ ਕੱਲਾ ਨਿਖਣਵਾ ਚਾਰੇ ਵਿੱਥੀ ਦੇ ਸਾਫ਼ ਸੁਥਰੇ ਅਤੇ ਰਾਜੀ ਸਮੀ ਪਲੀ ਵੀ ਬਹੁਤ ਜ਼ਿਆਦਾ ਆ। ਦੂਜਾ ਸੂਆ ਸੂਣ ਨੂੰ ਇਹਦਾ ਮੰਨ ਕੇ ਚਲੋ ਵੀ 5 ਤੋਂ 6 ਦਿਨ ਕੱਢੂਗੀ, ਬਾਹਲੇ ਦਿਨ ਲੈਂਦੀ ਕੋਈ ਨਹੀਂ, ਲਗਭਗ ਬੈੱਡ ਤਿਆਰੀ ਦੇ ਨਜ਼ਦੀਕ ਆ, ਥੋੜ੍ਹੇ ਥੋੜ੍ਹੇ ਭਲਾ ਪਾਉਣ ਲੱਗ ਗਈ ਅਤੇ ਕੱਦ ਬੈੱਡ ਬਹੁਤ ਜ਼ਿਆਦਾ ਆ ਜਿੰਦ ਜਾਣ ਦੇ ਵਿੱਚ। ਪਿੰਡ ਸੰਨਾ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਪੈਗਾ, ਤਹਿਸੀਲ ਤਪਾ, 2 ਗੱਬੜਾ ਬੈੜਾ ਫੋਰਸੇ ਦਾ ਨੰਬਰ ਆ ਗਿਆ ਆਪਣਾ 95014। ਠੀਕ ਹੈ, ਰੇਟ ਬਿਲਕੁਲ ਵਾਜਬ ਹੋਣਗੇ, ਮੁੱਲ ਆਪਣੇ ਪਹਿਲਾਂ ਵੀ ਜਾਇਜ਼ ਹੁੰਦੇ ਆ, ਹੁਣ ਵੀ ਮੁੱਲ ਬਹੁਤ ਜਾਇਜ਼ ਕਰਦੇ ਆਪਾਂ, ਮੁੱਲ ਨਹੀਂ ਵਾਲੇ ਕਰਦੇ। ਠੀਕ ਹੈ, ਆਪਾਂ ਮੁੱਲ ਵੀਡੀਓ ਦੀ ਵੀ ਕਰ ਦਿੰਦੇ, ਕਈ ਵੇਚਣਾ ਬੰਦਾ ਲੈ ਲਓ ਮਾੜਾ ਮੋਟਾ ਪਰਦਾ ਰਹੇ ਹਾਂ। ਠੀਕ ਹੈ, ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਹਾਂ।